अज सारी दुनिया दे विच उस महान शहीद दा अनोखे शहीद कह लो क्योंकि दुनिया दे इतिहास दे विच अजिही कोई मिसाल मिलदी नहीं कि सीस तली ते धर के कोई योधा जरनैल लड़िया हो। तो बाबा दीप सिंह जी ते कलगीधर पातशाह दी बहुत कृपा सीगी, उन्होंने जिहड़ी अमृत की दात है वह भी दसम पातशाह तो प्राप्त की सी आनंदपुर साहब विखे और बहुत वड्डे गूढ़ ज्ञानी। मैं गुरद्वारा बाबा दीप सिंह दी सारी प्रबंधक कमेटी वालों सारिया समुचिया सिख संगतों देश दुनिया के विच वसदे सारे सिखा नूं अज दे इस दिन ते जिथे असी उन्हां महान शहीद दे चरणां दे विच अपना नतमस्तक करदे आ, उन्हां नूं उन्हां दी शहादत नूं कोटन कोट प्रणाम है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੇਰਾ ਨਾਮ ਹੈ ਹਰਦੀਪ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਇਸ ਵੇਲੇ ਹੈਗੇ ਹਾਂ ਅਸੀਂ ਲੁਧਿਆਣਾ ਸ਼ਹਿਰ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ 'ਤੇ। ਉਹ ਤੁਹਾਨੂੰ ਦੱਸਦਾ ਇਸ ਵੇਲੇ ਹੈਗੀ ਸੰਗਤਾਂ ਜਿਹੜੀਆਂ ਨੇ ਇਸ ਵੇਲੇ ਨਤਮਸਤਕ ਹੋ ਰਹੀਆਂ ਨੇ ਗੁਰਦੁਆਰੇ ਸਾਹਿਬ ਦੇ ਵਿੱਚ, ਔਰ ਜਿਹੜਾ ਅੱਜ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵੈ ਸ਼ਹੀਦੀ ਦਿਹਾੜਾ ਜਿਹੜਾ ਵੈ ਅਮਰ ਸ਼ਹੀਦ ਧੰਤਰ ਬਾਬਾ ਦੀਪ ਸਿੰਘ ਜੀ ਦਾ ਮਨਾਇਆ ਜਾ ਰਿਹਾ। ਅਤੇ ਆਓ ਫਿਰ ਗੱਲ ਕਰਦੇ ਹਾਂ ਅਮਰਜੀਤ ਸਿੰਘ ਟਿੱਕਾ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਮਹਾਨ ਦਿਨ ਹੈ। ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਦੇ ਸਭ ਤੋਂ ਪਿਆਰੇ ਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਆਪਣਾ ਸੀਸ ਤਲੀ 'ਤੇ ਧਰ ਕੇ ਉਹਨਾਂ ਜ਼ਾਲਮਾਂ ਦੇ ਖਿਲਾਫ ਔਰ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ, ਅੱਜ ਦਰਬਾਰ ਸਾਹਿਬ ਦੀ ਜਿਹੜੀ ਮਰਿਆਦਾ ਬਹਾਲ ਕਰਨ ਲਈ ਆਪਣੀ ਸ਼ਹਾਦਤ ਦਿੱਤੀ ਸੀ ਔਰ ਸੀਸ ਤਲੀ 'ਤੇ ਧਰ ਕੇ ਉਹਨਾਂ ਨੇ ਇਹ ਜਿਹੜਾ ਉਹਨਾਂ ਜ਼ੁਲਮਾਂ ਦੇ ਖਿਲਾਫ ਦਾ ਟਾਕਰਾ ਵੀ ਕੀਤਾ ਸੀਗਾ। ਅੱਜ ਸਾਰੀ ਦੁਨੀਆ ਦੇ ਵਿੱਚ ਉਸ ਮਹਾਨ ਸ਼ਹੀਦ ਦਾ ਅਨੋਖੇ ਸ਼ਹੀਦ ਕਹਿ ਲਓ ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹੀ ਕੋਈ ਮਿਸਾਲ ਮਿਲਦੀ ਨਹੀਂ ਕਿ ਸੀਸ ਤਲੀ 'ਤੇ ਧਰ ਕੇ ਕੋਈ ਯੋਧਾ ਜਰਨੈਲ ਲੜਿਆ ਹੋਵੇ। ਸੋ ਬਾਬਾ ਦੀਪ ਸਿੰਘ ਜੀ 'ਤੇ ਕਲਗੀਧਰ ਪਾਤਸ਼ਾਹ ਦੀ ਬਹੁਤ ਕਿਰਪਾ ਸੀਗੀ, ਉਹਨਾਂ ਨੇ ਜਿਹੜੀ ਅੰਮ੍ਰਿਤ ਦੀ ਦਾਤ ਹੈ ਉਹ ਵੀ ਦਸਮ ਪਾਤਸ਼ਾਹ ਤੋਂ ਪ੍ਰਾਪਤ ਕੀਤੀ ਸੀ ਆਨੰਦਪੁਰ ਸਾਹਿਬ ਵਿਖੇ ਔਰ ਬਹੁਤ ਵੱਡੇ ਗੂੜ੍ਹ ਗਿਆਨੀ। ਉਹਨਾਂ ਦੀਆਂ ਲਿਖਤਾਂ ਚਾਰ ਜਿਹੜੇ ਹੱਥ ਲਿਖਤ ਗੁਰੂ ਸਾਹਿਬ ਦੇ ਸਰੂਪ ਹੈ ਉਹ ਅੱਜ ਵੀ ਸਾਡੇ ਜਿਹੜੇ ਮਹਾਨ ਤਖਤ ਹੈ ਉਹਨਾਂ 'ਤੇ ਸੁਸ਼ੋਭਿਤ ਹੈ। ਸੋ ਐਸੇ ਮਹਾਨ ਸ਼ਹੀਦ ਦਾ ਜਿਹੜਾ ਅੱਜ ਸ਼ਹੀਦੀ ਦਿਹਾੜਾ ਆ, ਮੈਂ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਅੱਜ ਦੇ ਇਸ ਦਿਨ 'ਤੇ ਜਿੱਥੇ ਅਸੀਂ ਉਹਨਾਂ ਮਹਾਨ ਸ਼ਹੀਦ ਦੇ ਚਰਨਾਂ ਦੇ ਵਿੱਚ ਆਪਣਾ ਨਤਮਸਤਕ ਕਰਦੇ ਹਾਂ, ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਹੈ। ਉੱਥੇ ਜਿਹੜੇ ਸਮਾਗਮ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਇਹ 17, 18, 19 ਤਿੰਨ ਦਿਨ ਹੈ ਚੱਲਣੇ। ਸਾਡੇ ਜਿਹੜੇ ਇੱਥੇ ਦੇ ਸਮਾਗਮ ਹੈ ਉਹ ਥੋੜ੍ਹਾ ਜਿਹਾ ਲੇਟ ਹੈ ਕਿਉਂਕਿ ਆ ਜਿਹੜਾ ਆਪਣੇ ਤਿਉਹਾਰਾਂ ਦਾ ਸੀਗਾ ਅਤੇ ਇੱਥੇ ਅੱਜ ਚੁਪਹਿਰਾ ਵੀ ਚੱਲ ਰਿਹਾ। ਸੋ ਇਸ ਕਰਕੇ ਇਹ ਸਮਾਗਮ 3 ਦਿਨ ਅੱਗੇ ਪਾਏ ਗਏ ਹੈ। ਸੋ ਸਾਰੀਆਂ ਸੰਗਤਾਂ ਨੂੰ ਜਿਹੜੇ ਇਹ ਬਹੁਤ ਵੱਡਾ ਸਮਾਗਮ 17, 18, 19 ਤਿੰਨ ਦਿਨ ਆ ਰਿਹਾ ਔਰ 19 ਨੂੰ ਰਾਤ ਨੂੰ ਇੱਥੇ ਕੀਰਤਨ ਦਰਬਾਰ ਵੀ ਸੱਜਣਾ ਔਰ ਪੰਥ ਦੇ ਪ੍ਰਸਿੱਧ ਜਿਹੜੇ ਰਾਗੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਉਹ ਵੀ ਆ ਰਹੇ ਹੈ ਅਤੇ ਇਸੇ ਤਰ੍ਹਾਂ ਲਗਾਤਾਰ 3 ਦਿਨ ਆਸਾ ਦੀ ਵਾਰ ਦੇ ਕੀਰਤਨ ਵੀ ਚੱਲਣੇ ਆ ਸੁਬਹਾ 5 ਵਜੇ। ਸੋ ਮੈਂ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ, ਸਾਰੀ ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਰੇ
सिख जगत नूं तन तन बाबा दीप सिंह दी शहादत ते उहनां दे चरणां दे विच नतमस्तक होंदे आ। ते उत्थे साडा सारिआं दा फर्ज बणदा कि असीं उहनां दे जिहड़े दिखाए होए जिहड़ा उहनां ने सानूं रस्ता दिखाया सी तन तन बाबा दीप सिंह जी ने सिक्खी दा रस्ता मर्यादा दा रस्ता ਉਹ ਰਸਤੇ 'ਤੇ ਸਾਨੂੰ ਚੱਲ ਕੇ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾ ਪਰਸਨ ਅਮਿਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।